ਉਹਨਾਂ ਦਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ 'ਚ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਸਕਾਈ ਟੀਵੀ, ਕੇ ਟੀਵੀ ਦੇ ਰਾਹੀਂ ਆਵਾਜ਼ੇ ਕੌਮ ਟੀਵੀ, ਭਾਈ ਕਪਤਾਨ ਸਿੰਘ ਜੂਕੇ ਪੇਜ ਤੋਂ ਲਾਈਵ ਵੇਖ ਰਹੇ ਇਸ ਵੇਲੇ ਸਮੁੱਚੀ ਦੁਨੀਆ ਦੇ ਵਿੱਚ ਕੋਨੇ ਕੋਨੇ 'ਚ ਬੈਠੇ ਸਾਧ ਸੰਗਤ ਜੀਓ, ਕਰੋ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੈਂਸਫੀਲਡ ਗੁਰੂ ਨਾਨਕ ਗੁਰਦ ਵਿਖੇ ਵਾਰਾ ਸਾਹਿਬ ਵਿਖੇ ਇੰਟਰਨੈਸ਼ਨਲ ਪੰਥਕ ਦਲ, ਕੇ ਟੀਵੀ, ਆਵਾਜ਼ੇ ਕੌਮ ਟੀਵੀ ਅਤੇ ਗੁਰਦੁਆਰਾ ਪ੍ਰਬੰਧ ਵੱਲੋਂ ਸਾਂਝੇ ਰੂਪ ਦੇ ਵਿੱਚ ਜੋ ਕਿਸਾਨੀ ਸੰਘਰਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਅਤੇ ਹੁਣ ਤੱਕ ਉਹਦੇ ਵਿੱਚ ਸ਼ਹੀਦ ਹੋਏ, ਕੁਰਬਾਨੀ ਕਰ ਚੁੱਕੇ ਬਜ਼ੁਰਗ ਮਾਤਾਵਾਂ ਅਤੇ ਨੌਜਵਾਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ, ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਭਾਵੇਂ ਕਿ ਕੁਝ ਤਰਕਵਾਨ ਲੋਕ ਜਾਂ ਇੱਦਾਂ ਦਾ ਮੀਡੀਆ ਮੈਂ ਵੇਖਦਾ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੇ ਆਪਣੇ ਮੀਡੀਆ ਦਾ ਨਾਂ ਪਤਾ ਨਹੀਂ ਕੀ ਨਾਦ ਰੱਖਿਆ, ਮੈਂ ਕਹਿੰਦਾ ਝੂਠ ਨਾਦ ਉਹ ਮੀਡੀਆ ਦਾ ਨਾਂ ਚਾਹੀਦਾ ਜਿਹੜੇ ਸਾਬਤ ਕਰਨ ਦੇ ਲੱਗੇ ਆ ਵੀ ਇਹ ਕੁਰਬਾਨੀਆਂ ਨਹੀਂ ਜਾਂ ਇਹ ਸ਼ਹੀਦੀ ਨਹੀਂ। ਕੋਈ ਕਹਿ ਰਿਹਾ ਖੁਦਕੁਸ਼ੀ ਆ, ਕੋਈ ਕਹਿੰਦਾ ਸ਼ਹੀਦੀ ਤੇ ਸ਼ਹਾਦਤ ਉਹ ਹੁੰਦੀ ਹੈ ਜਿਹਦੇ ਵਿੱਚ ਬਚਣ ਦਾ ਰਸਤਾ ਹੋਵੇ ਵੀ ਤੂੰ ਬਚ ਵੀ ਸਕਦਾ, ਤੇ ਮੈਂ ਕਹਿੰਦਾ ਕਿਸਾਨੀ ਸੰਘਰਸ਼ 'ਚ ਕਿਹੜਾ ਬਚਣ ਦਾ ਰਸਤਾ ਨਹੀਂ। ਇੰਨੀ ਠੰਡ ਦੇ ਵਿੱਚ ਬੰਦਾ ਰਜਾਈ ਦੇ ਵਿੱਚ ਬਹਿੰਦਾ, ਆਪਣੇ ਘਰ ਦੇ ਕੰਮ ਕਾਰ ਕਰਦਾ, ਸਾਰਾ ਕੁਝ ਛੱਡ ਕੇ ਪੰਜਾਬ ਤੋਂ ਦਿੱਲੀ ਦੀਆਂ ਸੜਕਾਂ ਤੇ ਆਣ ਕੇ ਸ਼ਹੀਦ ਹੋਣ ਡਿਆ, ਇਹਦੇ 'ਚ ਬਚਣ ਦਾ ਰਸਤਾ ਨਹੀਂ, ਇਹ ਕੁਰਬਾਨੀ ਆ। ਮੈਂ ਤੇ ਕਹਿੰਦਾ ਜਿੰਨੀ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡੀ ਵੀ ਕੁਰਬਾਨੀ ਆ। ਕੋਵਿਡ ਦੀ ਮਹਾਂਮਾਰੀ ਚੱਲ ਰਹੀ ਹੈ, ਲੋਕ ਮੌਤ ਦੇ ਮੂੰਹ ਵਿੱਚ ਪਏ ਨੇ, ਤੇ ਸਾਰਾ ਕੁਝ ਛੱਡ ਕੇ ਜਿਹੜੇ ਇੱਥੇ ਸੰਗਤ ਪਹੁੰਚੀ, ਮੈਂ ਇਹਨਾਂ ਦੀ ਵੀ ਇਸ ਨੂੰ ਕੁਰਬਾਨੀ ਸਮਝਦਾ। ਇਸ ਕਰਕੇ ਸੰਤ ਬਾਬਾ ਰਾਮ ਸਿੰਘ ਜੀ ਜਿਹੜੇ ਉਹ ਨਾਨਕਸਰ ਵਾਲਿਆਂ ਸਮੇਤ ਜਿੰਨੀਆਂ ਵੀ ਸੰਗਤਾਂ ਨੇ ਉੱਥੇ ਅਕਾਲ ਚਲਾਣੇ ਕੀਤੇ ਨੇ, ਉਹਨਾਂ ਸ਼ਹਾਦਤ ਦਿੱਤੀ ਆ। ਸ਼ਹਾਦਤ ਸ਼ਹੀਦੀ ਉਹ ਹੁੰਦੀ ਕਿਸੇ ਉੱਚੇ ਆਦਰਸ਼ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਕਿਸੇ ਸਾਂਝੇ ਕੰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਜਾਂ ਕਿਸੇ ਨੂੰ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਤੇ ਕਿਸਾਨੀ ਮੌਤਾਂ ਜਿਹੜੀਆਂ ਹੋਈਆਂ ਨੇ ਤੇ ਪੂਰੀ ਦੁਨੀਆ ਨੂੰ ਬਚਾਉਣ ਦਾ ਕੰਮ ਆ, ਕਿਸਾਨੀ ਨਾ ਰਹੀ, ਫਸਲ ਨਾ ਰਹੀ। ਤੁਸੀਂ ਆਮ ਰੈਲੀਆਂ 'ਚ ਨੋ ਫਾਰਮਰਸ ਨੋ ਫੂਡ ਦਾ ਨਾਰਾ ਵੀ ਦੇਖਿਆ, ਇਹ ਉੱਚਾ ਆਦਰਸ਼ ਹੈ, ਇਸ ਵਾਸਤੇ ਕੁਰਬਾਨੀ ਕਰਨੀ ਮੈਂ ਕਹਿੰਦਾ ਸ਼ਹਾਦਤ ਆ। ਕਈ ਵਾਰੀ ਮੈਨੂੰ ਲੋਕੀ ਮਿਲਦੇ ਨੇ ਜਾਂ ਮੀਡੀਆ ਦੇ ਪੁੱਛਦੇ ਨੇ ਕਪਤਾਨ ਸਿੰਘ ਜੀ ਮੋਰਚਾ ਕਿੰਨਾ ਕੁ ਚਿਰ ਚੱਲੂ, ਮੋਦੀ ਮੰਨਦਾ ਨਹੀਂ ਪਿਆ ਇਹ ਖਤਮ ਹੋ ਜਾਣਾ। ਮੈਂ ਕਿਹਾ ਨਹੀਂ, ਫਿਕਰ ਨਾ ਕਰੋ, ਪੰਜਾਬੀ ਸੂਬੇ ਮੋਰਚਾ 1955 'ਚ ਲੱਗਾ ਤੇ 61-62 'ਚ ਜਾ ਕੇ ਸੂਬਾ ਬਣਦਾ, ਜਦੋਂ ਕਿ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਤੇ ਪਾਬੰਦੀ ਲੱਗ ਗਈ ਸੀ। ਗੰਗਸਰ ਜੈਤੋ ਦਾ ਮੋਰਚਾ 9 ਮਹੀਨੇ ਚੱਲਦਾ, ਮੈਂ ਕਿਹਾ ਫਿਕਰ ਨਾ ਕਰੋ ਇਹ ਲੰਮਾ ਸਮਾਂ ਮੋਰਚਾ ਚੱਲੇਗਾ। ਅਸੀਂ ਕਿਸਾਨ ਯੂਨੀਅਨਾਂ ਜਥੇਬੰਦੀਆਂ ਨੂੰ ਹੁਣ ਪਿੱਛੇ ਨੂੰ ਨਹੀਂ ਆਉਣ ਦੇਣਾ, ਮੋਦੀ ਨਾ ਮੰਨੂ ਤੇ 2022 ਤੱਕ ਮੋਰਚਾ ਚੱਲੂਗਾ ਤੇ ਕਿਸਾਨ ਯੂਨੀਅਨਾਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਈਆਂ। ਇਸ ਕਰਕੇ ਜਿਵੇਂ ਡਾਕਟਰ ਸਾਹਿਬ ਦੱਸ ਕੇ ਗਏ ਨੇ, ਟਰਾਲੀ ਟਾਈਮਜ਼ ਅਖਬਾਰ ਉੱਥੋਂ ਕੱਢਿਆ, ਪਹਿਲਿਆਂ ਸਮਿਆਂ 'ਚ ਵੀ ਜਿੰਨਾ ਸੰਘਰਸ਼ ਹੋਇਆ ਬੱਬਰ ਅਕਾਲੀ ਅਕਾਲੀ ਪੱਤਰਕਾਰ ਨਾਲ ਨਾਲ ਸੰਘਰਸ਼ 'ਚੋਂ ਮੀਡੀਆ ਨਿਕਲਦਾ ਰਿਹਾ ਸਾਡਾ, ਪ੍ਰਿੰਟ ਮੀਡੀਆ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਟਰਾਲੀ ਟਾਈਮਜ਼ ਨਿਕਲਿਆ, ਕਿਸਾਨ ਏਕਤਾ ਯੂਟਿਊਬ ਚੈਨਲ ਨਿਕਲਿਆ, ਉਹਨੂੰ ਉਹਦੇ ਆਪਾਂ ਫੋਲੋਵਰ ਬਣੀਏ। ਸੋ ਨਾਲ ਨਾਲ ਮੈਂ ਬੇਨਤੀ ਕਰਦਾ ਪਿਆ, ਸਰਕਾਰ ਜਿਹੜੀ ਹੈ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਪਾਇਆ ਉਹ ਕਿਸਾਨ ਯੂਨੀਅਨਾਂ ਨੇ ਨਹੀਂ ਪਾਇਆ, ਉਹ ਕਿਸੇ ਹੋਰ ਸਟੇਟ ਦੇ ਬੰਦੇ ਨੇ ਪਾਇਆ। ਉਹਦਾ ਕੁਛ ਵੀ ਫੈਸਲਾ ਅਜੇ ਉਹ ਯੂਨੀਅਨਾਂ ਮੰਨਣ ਵਾਲੀਆਂ ਨਹੀਂ, ਭਾਵੇਂ ਕਿ ਜਿਹੜੀ ਸੁਪਰੀਮ ਕੋਰਟ ਆ ਉਹਨੇ ਪਹਿਲਾਂ ਸਟੇਟਾਂ ਨੂੰ ਝਾੜ ਪਈ ਹੈ, ਪਰ ਉਹਨੇ ਆਖਰੀ ਸਟੈਂਪ ਸਰਕਾਰ ਦੇ ਉੱਤੇ ਲਾਉਣੀ ਆ, ਸਰਕਾਰ ਦੇ ਪੱਖ 'ਚ ਲਾਉਣੀ ਆ, ਕਿਉਂਕਿ ਪਹਿਲਾਂ ਜਿਹੜੇ ਜੱਜ ਨਿਯੁਕਤ ਹੁੰਦੇ ਸਨ ਉਹ ਇਹ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਨ ਉਹ ਮਿਲ ਕੇ ਸੀਨੀਅਰ ਵਕੀਲਾਂ 'ਚੋਂ ਜੱਜ ਬਣਾਉਂਦੇ ਸਨ, ਤੇ ਹੁਣ ਉਹ ਮੋਦੀ ਜੱਜ ਲਾਉਂਦਾ, ਤੇ ਜਿਹਦਾ ਨੰਬਰ ਕੱਟ ਕੇ ਜਿਹਨੂੰ ਮੋਦੀ ਨੇ ਚੀਫ ਜਸਟਿਸ ਲਾ ਦੇਣਾ ਉਹ ਸਰਕਾਰ ਤੋਂ ਬਗੈਰ ਕਿੱਧਰ ਨੂੰ ਫੈਸਲਾ ਕਰ ਦੇਗਾ। ਗੁਜਰਾਤ ਦੇ ਕਿਸਾਨਾਂ ਨਾਲ ਆਹ 5 ਦਿਨ ਹੋ ਗਏ ਮੀਟਿੰਗ ਕੀਤੀ, ਜਿਨ੍ਹਾਂ ਨੂੰ ਉਜਾੜਿਆ ਪਹਿਲਾਂ ਮੋਦੀ ਸਰਕਾਰ ਨੇ ਉੱਥੇ ਮੁੱਖ ਮੰਤਰੀ ਹੁੰਦੇ ਆ, ਹੁਣ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ। ਹਰਿਆਣਾ ਗੁਜਰਾਤ ਹਾਈ ਕੋਰਟ 'ਚੋਂ ਕੇਸ ਹਾਰ ਗਿਆ ਸੀ ਮੋਦੀ, ਤੇ ਕਿਸਾਨਾਂ ਦਾ ਕੇਸ ਉਹਨੇ ਸੁਪਰੀਮ ਕੋਰਟ 'ਚ ਲਾ ਦਿੱਤਾ ਸੀ। ਹੁਣ ਇਹ ਡਰੇ ਪਏ ਨੇ, ਭਾਵੇਂ ਇਹ ਪ੍ਰਚਾਰ ਕਰ ਰਹੇ ਨੇ ਅਸੀਂ ਡਰਦੇ ਨਹੀਂ, ਸਾਨੂੰ ਪਰਵਾਹ ਨਹੀਂ, ਸਰਕਾਰ ਅੰਦਰੋਂ ਹਿੱਲੀ ਹੋਈ ਹੈ। ਕੇਵਲ ਤੇ ਗੁਜਰਾਤ ਦੇ 2 ਬੰਦੇ ਸਰਕਾਰ ਚਲਾ ਰਹੇ ਨੇ, ਤੇ ਗੁਜਰਾਤ ਦੇ ਵਪਾਰੀਆਂ ਨੂੰ ਚੁੱਕਣ ਵਾਸਤੇ ਇਹ ਜਿਹੜਾ ਕੰਮ ਕੀਤਾ ਜਾ ਰਿਹਾ, ਕਾਨੂੰਨ ਹੁਣ ਪਾਸ ਹੋਏ ਨੇ, ਉਹਨਾਂ ਅਬਾਨੀਆਂ ਅਡਾਨੀਆਂ ਦੇ ਗੋਦਾਮ ਪਹਿਲਾਂ ਦੇ ਬਣ ਚੁੱਕੇ ਨੇ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਜਿੱਥੇ ਰਲ ਮਿਲ ਕੇ ਸੰਗਤਾਂ ਜਿਹੜੀਆਂ ਨੇ ਉਹ ਚੰਗੇ ਪ੍ਰਦਰਸ਼ਨ ਕਰ ਰਹੀਆਂ ਨੇ, ਚੰਗੇ ਲੋਕ ਉੱਠ ਕੇ ਜਿਹੜੇ ਅੱਗੇ ਆ ਰਹੇ ਨੇ,
जिन्या की कुरबानी उन्होंने असं श्रद्धा के फुल भेट करते हैं और विदेशों के भी जड़ा है वह इस जन सलाब ने बहुत जरा हंगारा भरया जे प्रदर्शन होए ये वाला जो रोल है वह पंजाबियों ने अदा किया माइक तौर पर भी फिजिकल तौर के उपर भी बेनती करा जिम्मे डॉक्टर साहब हमी दस के गए डॉक्टर गुरनाम सिंह जी भी मोदी रकाबगंज गुरद्वारा साहब आ पुछदा एदा इतिहास की है वह मैं तेन कहना भलिया मानसा जिथे बह के तू कानून कर रहा संसद भवन जेड़ा रकाबगंज के सामने आचया ही ता वा जी इतने गुरु तेग बहादुर के शीस का संस्कार होया तो नहीं तेरा संसद भवन नहीं सी बचना है ये तुम बचे ही था जे उस सचे पातशाह का स्थान से अब तुम कहते इतिहास की है इस करके ये लोग जेड़े ने बहुत जिमें ना सौदा साध नू माफी दी अकाली दल ने श्रोमणी गुरद्वारा प्रबंधक कमेटी ने उन्होंने अपनी शाख बचाने वास्ते लखां करोड़ों रुपये अकाली दल ने श्रोमणी प्रबंधक कमेटी ने लाते इश्तहारा के अखबारों च उदा ही मोदी होनी हूँ मीडिया के उपर लखां करोड़ों रुपया जरा ला रहे ने इस कानूनों सही साबित करने वास्ते नकली किसान उत्तराखंड चो लिया के उत्थे पेश किए पर उत्तराखंड के किसानों ने उन्होंने घर से हमला बोल दिता हूँ गांह कदे गदारी नहीं करनगे हरियाणे दे विच जिहड़ा है हुण पहला भाजपा ने यह मुद्दा चुकिया भी जिहड़ा दलित है ते दलित ते किसानां नूं लड़ाउण दा गल नहीं बनी हुण उहनां एस वल एस वाई एल दा मुद्दा चुक लिया हरियाणे दी सानूं पाणी चाहीदा सानूं हक चाहीदा पर हरियाणे दे किसान सियाणे उह कहिंदे मेरे ख्याल 95 97 च वाजपाई दी सरकार रही 14 तों बीजेपी दी सरकार आ 95 तो अकाली बीजेपी की सरकार पंजाब च नहीं उदो एस वाई एल कित्थे गया सी मैं कहना सानू साडे किसान जथेबंदियां नू तो सानू मशाल हिरदा करना चाहीदा हरियाणा सानू वड्डा भरा कह रहा तीन दरिया सतलुज ब्यास रावी जिहड़ी वगण डे आ जे छोटा भरा कहूगा ते पाणी छड के जो मर्जी लै आउण मैं एक छोटी जी सांगी सुणाउणा जिहड़ा भरावां दा प्यार हुंदा दो भरा खेती करदे सन अड उन्होंने दाने जो कठे कर ले तो राखी करनी पैंदी रात नूं कई वारी जो झोना आपां झाड़दे आं ते ओह वारी वारी कहिंदे इक दूजे नूं भी तू पहला तू रोटी खाया मुड़ के मैं खाऊं छोटा भरा रोटी खाण चल गया ते वड्डे ने सोचिया भी मेरे तो छोटा इहदे न्याणे निक्के आ उहने की कीता भी अपने दाणियां दे ढेर तो पीपे भर भर के ते छोटे भरा दे उत्ते सुट्टण लग पिया भी इह छोटा तंग ना आवे ते जदों छोटा रोटी खा गया ते उहने वड्डे नूं घल्लिया तू खाया ते छोटे ने सोचिया इह मेरा वड्डा भरा वा इहदे न्याणे वड्डे आ व्याहुण वाले दा खर्चा मेरे नालों ज्यादा उह अपने कोल तो दाणे भर भर के उहदे ते सुट्टण लग पिया कहण दा मतलब इह साडा जे वड्डे छोटे भरा दा गलबात आ पंजाब हरियाणे दी असीं नजिठलांगे इहनूं पर इहदे ते हुण राजनीति नहीं होणी ते किसानां दे मुद्दे ते गल्लां जिहड़ियां नहीं चलणियां सरकार जिहड़ी आ जो मर्जी कर ले इस वेले संघर्ष जोरां ते आ ते जोरां ते रहिणा उहदे नाल मैं कल ना इक दुकान ते गिआ मेरे कम्म दे लागे दुकान आ वेखो किसानी संघर्ष का असर कितों तक हो रहा अबानी दियां टैलां इत्थे टैल स्टोरां ते आ रहीआं उह टैल स्टोर वाले कोल अबानी दियां टैलां मार के दी आईआं ਉਹ ਕਹਿੰਦਾ ਅਸੀਂ ਟੈਲਾਂ ਨਹੀਂ ਸਾਡੀਆਂ ਲੈਣੀਆਂ ਇਹਦੇ ਨਾਲ ਸਾਡਾ ਪੰਗਾ ਪਿਆ ਕਹਿੰਦੇ ਸਾਡਾ ਜ਼ਿੰਦਗੀ ਮੌਤ ਦਾ ਸੰਘਰਸ਼ ਚੱਲ ਰਿਹਾ ਮੈਂ ਥੋੜੇ ਦਿਨਾਂ ਤੱਕ ਹੋ ਸਕਿਆ ਤੇ ਉਹਨਾਂ ਵੀਰਾਂ ਦੀ ਵੀਡੀਓ ਬਣਾ ਕੇ ਵੀ ਵਾਇਰਲ ਕਰੂੰਗਾ ਉਹ ਗੋਰਾ ਕਹਿੰਦਾ ਕਿਉਂ ਕਹਿੰਦੇ ਅੰਬਾਨੀ ਦੀਆਂ ਟੈਲਾਂ ਭਾਈ ਇਹ ਤਾਂ ਸਾਡੇ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਲੱਗਾ ਤੇ ਅਸੀਂ ਇਹਦੀਆਂ ਟੈਲਾਂ ਆਪਣੇ ਘਰਾਂ 'ਚ ਫਲੋਰਾਂ 'ਤੇ ਲਾਵਾਂਗੇ ਜਾਂ ਅਸੀਂ ਵੇਚਾਂਗੇ ਅਸੀਂ ਕਮਾਈ ਨਹੀਂ ਇਹੋ ਜਿਹੀ ਕਰਨੀ ਉਹ ਸਿੰਘ ਨੇ ਜੀ ਖਾਲਸੇ ਮੇਰਾ ਖਿਆਲ ਉਹਨਾਂ ਪਿਛੋਕੜ ਕਮੰਡਰੀ ਤੋਂ ਡਾਕਟਰ ਗੁਰਨਾਮ ਸਿੰਘ ਜੀ ਉਹ ਮੇਰੇ ਕੋਲ ਫੋਟੋ ਪਈ ਮੇਰੇ ਫੋਨ ਦੇ ਵਿੱਚ ਉਹ ਅੰਬਾਨੀ ਦੀਆਂ ਟੈਲਾਂ ਦੇ ਉਹ ਗੱਤੇ ਜੀ 'ਚ ਪੈਕ ਸੀਗੀ ਉਹਨਾਂ ਕਿਹਾ ਅਸੀਂ ਟੈਲਾਂ ਨਹੀਂ ਲੈਣੀਆਂ ਅੰਬਾਨੀ ਦੀਆਂ ਇੱਥੋਂ ਤੱਕ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਉਹ ਚੱਲ ਗਿਆ ਜਿੱਥੋਂ ਤੱਕ ਸਵਾਲ ਹੈ ਸਾਂਝੇ ਸੰਘਰਸ਼ ਦਾ ਅਸੀਂ ਸਤੰਬਰ ਮਹੀਨੇ ਤੋਂ ਅਸੀਂ ਕੁੰਭਕਰਨ ਵਾਂਗੂ 3 ਮਹੀਨਿਆਂ ਬਾਅਦ ਨਹੀਂ ਜਾਗੇ ਸਤੰਬਰ ਮਹੀਨੇ ਤੋਂ ਲੱਗੇ ਹਾਂ ਜਿੱਥੇ ਰੈਲੀਆਂ ਹੋਈਆਂ ਜਿੱਥੇ ਸੰਘਰਸ਼ ਹੋਇਆ ਸਾਂਝੇ ਰੂਪ ਦੇ ਵਿੱਚ ਚੱਲਣ ਦਾ ਯਤਨ ਕੀਤਾ ਉੱਥੇ ਨਾਲ ਜਿਵੇਂ ਇੰਟਰਨੈਸ਼ਨਲ ਪੰਥਕ ਦਲ ਇੱਥੇ ਅਤੇ ਪੰਜਾਬ 'ਚ ਵਿਚਰਦਾ ਸੀ ਅਸੀਂ ਕਿਸਾਨ ਬਚਾਓ ਮੋਰਚਾ ਪੰਜਾਬ ਬਣਾਇਆ 31 ਜਥੇਬੰਦੀਆਂ 'ਚ ਸਾਡੀ ਇੱਕ ਜਥੇਬੰਦੀ ਆ ਜਿਹੜੀ ਸਰਕਾਰਾਂ ਦੇ ਨਾਲ ਮੀਟਿੰਗਾਂ ਕਰ ਰਹੀ ਆ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੈਲਰ ਅਡਾਨੀਆਂ ਦਾ ਪਿੰਡ ਫਿਰੋਜ਼ਪੁਰ ਦੇ ਵਾਂ ਪਿੰਡ ਦੇ ਵਿੱਚ ਆ ਜਿਹਦਾ ਅਸੀਂ ਲੰਮੇ ਸਮੇਂ ਤੋਂ ਘਰਾਓ ਕੀਤਾ ਜੇ ਨਾ ਮੰਨੇ ਤੇ ਆਉਣ ਵਾਲੇ ਸਮੇਂ 'ਚ ਕਿਸਾਨ ਯੂਨੀਅਨਾਂ ਦੇ ਕਬਜ਼ਾ ਵੀ ਕਰਾ ਦਿਆਂਗੇ ਉਹਦੇ ਉੱਤੇ ਉਹਦਾ ਘਰਾਓ ਲਗਾਤਾਰ ਚੱਲ ਰਿਹਾ ਨਾਲ ਦਿੱਲੀ ਦੇ ਵਿੱਚ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੁੱਛ ਕੇ ਸਭ ਤੋਂ ਪਹਿਲਾਂ ਮੈਡੀਕਲ ਕੈਂਪ ਇੰਟਰਨੈਸ਼ਨਲ ਪੰਥਕ ਦਲ ਨੇ ਲਾਇਆ ਅਸੀਂ ਯੂਨੀਅਨਾਂ ਨੂੰ ਪੁੱਛਿਆ ਅਸੀਂ ਕੀ ਸੇਵਾ ਕਰੀਏ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਨੁਮਾਇੰਦਿਆਂ ਨੇ ਕਿਹਾ ਸਾਡੇ ਸਿੱਖ ਬੈਠੇ ਸਾਡੀ ਜਥੇਬੰਦੀ ਦੇ ਮੈਂਬਰ ਬੈਠੇ ਆ ਕੀ ਸੇਵਾ ਕਰੀਏ
ਉਹ ਕਹਿੰਦੇ ਜੀ ਲੰਗਰ ਕਾਫੀ ਲੱਗਾ, ਮੈਡੀਕਲ ਕੈਂਪ ਉਦੋਂ ਤੱਕ ਕੋਈ ਨਹੀਂ ਸੀ ਲੱਗਾ ਤੇ ਜ਼ਿਆਦਾ ਗਿਣਤੀ ਚ ਬਜ਼ੁਰਗ ਨੇ ਤੇ ਬਜ਼ੁਰਗ ਜ਼ਿਆਦਾ ਦਵਾਈਆਂ ਤੇ ਡਿਪੈਂਡ ਕਰਦੇ, ਮੈਡੀਕਲ ਕੈਂਪ ਲਾ ਦਿਓ। ਮੈਡੀਕਲ ਕੈਂਪ ਪਹਿਲਾਂ ਲਾਇਆ, 250 ਬੰਦੇ ਦਾ ਰਹਿਣ ਬਸੇਰਾ ਬਣਾਇਆ, ਨਾਲ ਨਾਲ ਹੁਣ ਲੰਗਰ ਚੱਲਦਾ ਪਿਆ ਜਿੱਥੇ ਜਥੇਬੰਦੀ ਦੇ ਮੈਂਬਰਾਂ ਨੇ ਔਰ ਨਾਲ ਸਾਡੇ ਕਈ ਜਿਹੜੇ ਸਾਡੇ ਸਾਂਝ ਵਾਲੇ ਨੇ ਜਾਂ ਸਾਡੇ ਸੱਜਣ ਮਿੱਤਰ ਨੇ ਜਾਂ ਸਾਡੇ ਰਿਸ਼ਤੇਦਾਰ ਨੇ, ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤੀ। ਮੈਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ। ਔਰ ਇਹ ਲਗਾਤਾਰ ਜਿਹੜਾ ਚੱਲ ਰਿਹਾ, ਜਿੰਨਾ ਚਿਰ ਮੋਰਚਾ ਚੱਲੇਗਾ ਉਹਨਾਂ ਚਿਰ ਇਹ ਕੰਮ ਚੱਲਦੇ ਹੀ ਰਹਿਣੇ ਨੇ। ਭਾਵੇਂ ਸਰਕਾਰ ਨੇ ਇਹਨੂੰ ਪੰਜਾਬ ਅਤੇ ਹਰਿਆਣੇ ਦਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਇਸ ਵੇਲੇ ਦੂਜੀਆਂ ਸਟੇਟਾਂ ਤੋਂ ਵੀ ਲੋਕ ਆਣ ਕੇ ਬਹਿ ਗਏ ਨੇ। ਇੱਥੋਂ ਤੱਕ ਮੀਡੀਆ ਨੇ ਪ੍ਰਚਾਰਿਆ ਇਹਦੇ ਵੱਖਵਾਦੀ ਅੱਤਵਾਦੀ ਹਨ ਮੁੱਦਾ। ਮੈਂ ਕਹਿੰਦਾ ਉਹਨਾਂ ਦੇ ਪ੍ਰਚਾਰ ਨਾਲ ਹੀ ਪ੍ਰਚਾਰ ਨਾਲ ਡਾਕਟਰ ਗੁਰਨਾਮ ਸਿੰਘ ਜੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਮੋਰਸ, ਇਹ ਵੀ ਕਹਿੰਦੇ ਸਵਾਲ ਪੁੱਛਿਆ, ਕਹਿੰਦਾ ਜੀ ਇਹ ਪਾਕਿਸਤਾਨ ਇੰਡੀਆ ਦਾ ਮਸਲਾ। ਉਹ ਮੇਰਿਆ ਭਰਾਵਾ, ਤੂੰ ਐਡੀ ਗਾਂਹ ਵਾਧੂ ਕੰਟਰੀ ਦਾ ਪ੍ਰਧਾਨ ਮੰਤਰੀ ਆ ਤੇ ਤੇਰੇ ਵਿਚਾਰ ਕੈਸੇ ਨੇ? ਸੋ ਇਹਨਾਂ ਲੋਕਾਂ ਨੇ ਆਪਸ ਵਿੱਚ ਬਿਜ਼ਨਸ ਕਰਨਾ ਹੁੰਦਾ, ਤੁਸੀਂ ਪੜ੍ਹੇ ਲਿਖੇ ਮੇਰੇ ਨਾਲੋਂ ਸਿਆਣੇ ਹੋ। ਅੱਜ ਪੰਜਾਬ ਦਾ ਹਿੰਦੂ, ਰਾਜਸਥਾਨ, ਬਿਹਾਰ ਦੇ ਲੋਕ ਵੀ ਕਹਿੰਦੇ ਆ ਵੀ ਜੇ ਹੱਕ ਮੰਗਣਾ ਖਾਲਿਸਤਾਨੀ ਹੈ ਤੇ ਅਸੀਂ ਖਾਲਿਸਤਾਨੀ ਆ ਕਹਿੰਦੇ। ਸੋ ਇਸ ਵੇਲੇ ਜਿਹੜਾ ਸੰਘਰਸ਼ ਹੈ ਇਹ ਬਿਲਕੁਲ ਸਿਰੇ ਤੇ ਗਿਆ। ਇਹਦੇ ਵਿੱਚ ਕਿਸੇ ਕੋਈ ਊਣਤਾਈ ਵੀ ਹੋ ਜਾਂਦੀ ਆ ਤੇ ਉਹਨੂੰ ਇਗਨੋਰ ਕਰੀ ਅਸੀਂ ਸਾਂਝ ਕਰੀ ਜੇ ਗੁਣਾ ਕੇਰੀ ਛੋਟ ਅਵਗਨ ਚੱਲੀਏ। ਇਸ ਕਰਕੇ ਰਲ ਕੇ ਸਾਨੂੰ ਜਿਹੜਾ ਉਹ ਚੱਲਣਾ ਚਾਹੀਦਾ। ਜਿਵੇਂ ਡਾਕਟਰ ਸਾਹਿਬ ਨੇ ਮੀਡੀਆ ਦੀ ਗੱਲ ਕੀਤੀ, ਅਸੀਂ 2013 ਤੋਂ ਇਹ ਸੱਦਾ ਦਿੰਦੇ ਆ ਰਹੇ ਹਾਂ, ਜਦੋਂ ਜਦੋਂ ਵੀ ਪੰਥ ਦੇ ਉੱਤੇ ਜਾਂ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਕੋਈ ਗੱਲ ਬਣੀ, ਅਸੀਂ ਕਿਹਾ ਰਲ ਕੇ ਸਰਕਾਰ ਤੇ ਪ੍ਰੈਸ਼ਰ ਪਾਈਏ, ਇਕੱਠੇ ਹੋ ਕੇ ਜਾਵਾਂਗੇ ਨਾ। ਉਹਦਾ ਅਸਰ ਹੁੰਦਾ ਜਦੋਂ ਆ ਮੁੱਠ ਬੰਦ ਹੋਵੇ। ਉਹ ਮੈਨੂੰ ਉਹ ਸਾਖੀ ਯਾਦ ਆ, ਅਕਬਰ ਨੇ ਬੀਰਬਲ ਨੂੰ ਪੁੱਛਿਆ, ਬੀਰਬਲ ਮੇਰੀ ਮੁੱਠ ਚ ਕੀ ਆ? ਰਾਜੇ ਵਜ਼ੀਰਾਂ ਨੂੰ ਪੁੱਛਿਆ, ਕੋਈ ਕਹਿੰਦਾ ਜੀ ਇਹਦੇ ਚ ਹੀਰਾ, ਕੋਈ ਕਹਿੰਦਾ ਜੀ ਇਹਦੇ ਚ ਨਾਗ ਆ, ਕੋਈ ਕਹਿੰਦਾ ਜੀ ਇਹਦੇ ਚ ਸੋਨਾ ਹੋਊਗਾ। ਤੇ ਜਦੋਂ ਬੀਰਬਲ ਨੂੰ ਪੁੱਛਿਆ, ਉਹ ਕਹਿੰਦਾ ਰਾਜਾ ਮੈਨੂੰ ਇਹ ਨਹੀਂ ਪਤਾ ਤੇਰੀ ਮੁੱਠ ਚ ਕੀ ਆ, ਪਰ ਇਹ ਮੁੱਠ ਦੀ ਤਾਕਤ ਕੀ ਆ ਤੇ ਮੁੱਠ ਕਿਹਨੂੰ ਕਹਿੰਦੇ, ਮੈਂ ਤੈਨੂੰ ਇਹ ਦੱਸ ਦਿੰਦਾ। ਉਹ ਕਹਿੰਦਾ ਜਦ ਤੱਕ ਮੁੱਠੀ ਬੰਨ੍ਹਿਆ ਤੇ ਕਹਿੰਦਾ ਲੋਕਾਂ ਨੂੰ ਰਹਿੰਦਾ ਛਾਕਿਆ, ਕਹਿੰਦਾ ਖੁੱਲ ਗਈ ਮੁੱਠੀ ਤੇ ਉੱਠ ਗਿਆ ਪਰਦਾ, ਫਿਰ ਲੱਖ ਦੀ ਥਾਂ ਤੇ ਕਾਖਿਆ, ਪਰਦਾ ਉੱਠ ਗਿਆ ਤੇ ਫਿਰ ਪਤਾ ਲੱਗ ਜਾਂਦਾ ਕੱਠ ਦੇ ਵਿੱਚ ਬੜੀ ਏਕਤਾ। ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਅੱਜ ਅਸੀਂ ਜ਼ਿਆਦਾ ਟਾਈਮ ਨਹੀਂ ਦੇ ਸਕੇ ਜਿਵੇਂ ਡਾਕਟਰ ਸਾਹਿਬ ਹੁਣਾਂ ਨੇ ਕਿਹਾ, ਆਉਣ ਵਾਲੇ ਦਿਨਾਂ 'ਤੇ ਅਸੀਂ ਸੈਮੀਨਾਰ ਵੀ ਰੱਖਾਂਗੇ ਇਹ ਜਿਹੜੇ ਇਹਨਾਂ ਚੀਜ਼ਾਂ ਤੇ ਪਕੜ ਰੱਖਦੇ, ਕਿਉਂਕਿ ਸਾਡੀ ਇਹਨਾਂ ਚੀਜ਼ਾਂ ਕਾਨੂੰਨਾਂ ਦੇ ਜ਼ਿਆਦਾ ਪਕੜ ਨਹੀਂ, ਅਸੀਂ ਇੰਨੇ ਪੜ੍ਹੇ ਲਿਖੇ ਨਹੀਂ, ਪਰ ਚਲੋ ਫਿਰ ਵੀ ਇਹਨਾਂ ਪੜ੍ਹਿਆ ਲਿਖਿਆਂ ਦੇ ਨਾਲ ਲੱਗ ਲੱਗ ਕੇ ਡੰਗ ਦੁਆਲਾ ਨਿਭਾਈ ਜਾਈਦਾ। ਆਉਣ ਵਾਲੇ ਦਿਨਾਂ 'ਚ ਸੈਮੀਨਾਰ ਵੀ ਕਰਾਂਗੇ ਜੇ ਸਮਾਂ ਬਣਿਆ, ਸਰਕਾਰਾਂ ਨਾ ਮੰਨੀਆਂ। ਆਉਣ ਵਾਲੇ ਦਿਨਾਂ 'ਚ ਜਥੇਬੰਦੀਆਂ ਨੂੰ, ਸੰਪਰਦਾਵਾਂ, ਸੰਸਦਾਂ ਨੂੰ ਸਦਾ ਵੀ ਦੇਵਾਂਗੇ, ਘੋਲ ਦੇ ਵਿੱਚ ਵੀ ਜਾ ਕੇ ਉੱਥੇ ਲੜਾਂਗੇ, ਭਾਵੇਂ ਇਸ ਵੇਲੇ ਸਾਡੀ ਜਥੇਬੰਦੀ ਉੱਥੇ ਪੂਰਾ ਸੰਘਰਸ਼ ਕਰ ਰਹੀ ਆ। ਸੋ ਮੈਂ ਗੁਰਦੁਆਰਾ ਪ੍ਰਬੰਧ ਦਾ ਵੀ ਧੰਨਵਾਦ ਕਰਦਾ, KTV ਦਾ ਧੰਨਵਾਦ ਕਰਦਾ, ਵਾਜੇਕੁਮ TV ਦਾ ਧੰਨਵਾਦ ਕਰਦਾ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹ ਸਾਂਝਾ ਪ੍ਰੋਗਰਾਮ ਉਹਨਾਂ ਬਜ਼ੁਰਗਾਂ, ਮਾਤਾਵਾਂ ਅਤੇ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਰੱਖਿਆ ਗਿਆ ਸੀ। ਉਹ 16 ਸਾਲ ਦਾ ਮੁੰਡਾ ਡਾਕਟਰ ਸਾਹਿਬ ਜਿਹੜੀ ਚੜ੍ਹਾਈ ਕਰ ਗਿਆ, ਉਹ ਤੀਸਰੇ ਦਿਨ ਉਹਦੀ ਅਮਰੀਕਾ ਦੀ ਫਲੈਟ ਸੀ। ਇਹ ਕੋਈ ਛੋਟੀਆਂ ਕੁਰਬਾਨੀਆਂ, ਇਹ ਸ਼ਹਾਦਤਾਂ ਨੇ। ਇਹ ਮੈਂ ਕਹਿੰਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨ ਭਵਨ ਆ ਚੰਡੀਗੜ੍ਹ, ਇਹਨਾਂ ਸ਼ਹੀਦਾਂ ਦੀਆਂ ਫੋਟੋਆਂ ਲਾਉਣ ਤੇ ਜ਼ੋਰ ਦੇਵਾਂਗੇ ਵੀ ਉਹ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜਿਹੜੀਆਂ। ਔਰ ਜਿੱਥੇ ਮੋਰਚਾ ਲੱਗਾ ਪਿਆ ਵਾ, ਖਾਲਸੇ ਨੂੰ ਤੇ ਪੱਕੀਆਂ ਭੱਠੀਆਂ ਤੇ ਲੰਗਰ ਤੇ ਪੀਜੇ ਪਤਾ ਨਹੀਂ ਲੱਗਣ ਡਿਆ ਕੀ ਬਣ ਡਿਆ। ਮੈਂ ਕਹਿੰਦਾ ਉਹਦੇ ਸਾਂਝੇ ਰੂਪ ਚ ਇਹਨਾਂ ਸ਼ਹੀਦਾਂ ਦੀ ਸਮਾਰਕ ਵੀ ਬਣਾਈ ਜਾਵੇ, ਭਾਵੇਂ ਛੋਟੀ ਬਣਾਈ ਜਾਵੇ, ਉਹ ਵੀ ਇੱਕ ਬਾਬਾ ਬਘੇਲ ਸਿੰਘ ਹੋਣਾ ਵਾਂਗੂ ਇਤਿਹਾਸ ਹੋਊਗਾ ਜਿਹੜਾ ਉਹਨਾਂ ਨੇ ਸਿਰ ਪੁੱਟ ਕੇ ਖੜੀ ਸੀ ਤੇ ਇੱਥੇ ਸਮਾਰਕ ਬਣੇਗੀ ਵੀ ਇੱਥੇ ਸਿੰਘਾਂ ਨੇ ਮੋਰਚਾ ਜਿਹੜਾ ਉਹ ਲਾਇਆ ਸੀਗਾ। ਇਸ ਵੇਲੇ ਜਥੇਬੰਦੀਆਂ ਬੜੀ ਸ਼ਾਂਤਮਈ ਨਾਲ ਚੱਲ ਰਹੀਆਂ ਨੇ, ਸਾਨੂੰ ਰਲ ਕੇ ਜਿਹੜਾ ਉਹ ਚੱਲਣਾ ਚਾਹੀਦਾ। ਸੁਖਜਿੰਦਰ ਸਿੰਘ ਜੀ ਸੰਘਾ ਜਿਵੇਂ ਕਹਿ ਕੇ ਗਏ ਸਨ ਵੀ ਸਾਨੂੰ ਪਿੰਡ ਸਾਹਮਣੇ ਚਾਹੀਦੇ ਆ, ਅਸੀਂ ਆਪਣੇ ਨਗਰ 'ਚ ਖਜ਼ਾਨੇਕੋਟ ਮੇਰਾ ਪਿੰਡ ਆ ਗੁਰਦਾਸਪੁਰ ਜ਼ਿਲ੍ਹੇ 'ਚ, ਤੇ ਅਸੀਂ ਬਾਬਾ ਖਜ਼ਾਨਾ ਸੇਵਾ ਸੁਸਾਇਟੀ ਬਣਾਈ ਤੇ ਅਸੀਂ ਸੁਸਾਇਟੀ ਵੱਲੋਂ ਜਿਹੜੇ ਸਾਡੇ ਪਿੰਡ ਦੇ ਦਿੱਲੀ ਗਏ ਆ ਉਹਨਾਂ ਪਰਿਵਾਰਾਂ ਨੂੰ ਮਹੀਨੇ ਮਹੀਨੇ ਦਾ ਰਾਸ਼ਨ ਤੇ ਨਾਲ ਥੋੜੀ ਥੋੜੀ ਮਾਇਆ ਅਸੀਂ ਦੇਣ ਲੱਗ ਪਏ ਉਹਨਾਂ ਨੂੰ ਪਿਛਲੇ ਦਿਨਾਂ ਤੋਂ ਵੀ ਅਸੀਂ ਉਹ ਪਰਿਵਾਰ ਵੀ ਸਾਂਭੀਏ। ਪਿੰਡਾਂ 'ਚ ਵੀ ਅਸੀਂ ਸੇਵਾ ਕਰ ਰਹੇ ਹਾਂ, ਜਥੇਬੰਦੀ 'ਚ ਵੀ ਹਰ ਥਾਂ ਦੇ ਜਿੰਨੇ ਜੋਗੇ ਆ ਅਸੀਂ ਵੱਧ ਚੜ੍ਹ ਕੇ ਜਿਹੜਾ ਹਿੱਸਾ ਪਾਵਾਂਗੇ। ਸਾਨੂੰ ਰਲ ਕੇ ਚੱਲਣਾ ਚਾਹੀਦਾ। ਆਹ ਦਿਹਾੜੇ ਵੀ ਸਾਡੇ ਸ਼ਹਾਦਤਾਂ ਦੇ ਨੇ, ਵੇਖੋ ਕਿੰਨੀ ਜਿਹੜੀ ਠੰਡ ਆ ਗਈ ਆ, ਇਹਦੇ ਨਾਲੋਂ ਵੱਡੀ ਕੁਰਬਾਨੀ ਕੀ ਆ ਸਾਡੀਆਂ? ਅਸੀਂ 90-90 ਸਾਲ ਦੀਆਂ ਮਾਵਾਂ ਤੇ ਸਾਲ ਸਾਲ ਡੇਢ ਡੇਢ ਸਾਲ ਦੇ ਬੱਚੇ ਉੱਥੇ ਆਣ ਕੇ ਬੈਠੇ ਨੇ, ਅੱਜ ਸਾਨੂੰ ਉਹ ਠੰਡਾ ਬੁਰਜ ਚੇਤੇ ਆ ਰਿਹਾ। ਇਸ ਕਰਕੇ ਸੰਘਰਸ਼ ਜਿਹੜਾ ਇੱਦਾਂ ਚੱਲੇਗਾ। ਇੰਟਰਨੈਸ਼ਨਲ ਪੰਥਕ ਦਲ ਪਹਿਲੇ ਦਿਨ ਤੋਂ ਹੀ ਪੰਥ ਵਾਸਤੇ
खालसे दे आजादी घर वास्ते संघर्ष वास्ते हमेशा खड़ा और खड़ा रहेगा। असी तत्पर जिहड़ा ओ रहांगे। बंदी सिंघां दीआं रिहाइयां दी गल होवे, साडे पंजाब दे मुद्दिआं दी गल होवे, जां इह किसानां दा जिहड़ा मुद्दा, इह कानून जिन्हां तक खत्म नहीं हुंदे, असी इसे तरह जिहड़ा है ओह संघर्ष करदे रहांगे। संघर्ष हुंदा रहेगा, इह सरकारां नूं मन्नणा पैणा, भावें अज मन लैण ਜਾਂ ਇਹ ਟਾਈਮ ਲੰਮਾ ਲਾ ਦੇਣ, ਉਹ ਇਹਨਾਂ ਦੇ ਉੱਤੇ ਡਿਪੈਂਡ ਆ। ਅੱਜ ਕਿਸਾਨਾਂ ਦਾ ਸੰਘਰਸ਼ ਨਹੀਂ ਰਹਿ ਗਿਆ, ਇੱਕ ਜਨ ਸਲਾਪ ਬਣ ਗਿਆ, ਇੱਕ ਜਨ ਲੋਕ ਉੱਥੇ ਇੰਨੇ ਇਕੱਠੇ ਹੋ ਗਏ ਨੇ ਵੀ ਥੋੜੀ ਦੁਨੀਆਂ ਦਾ ਜਿਹੜਾ ਹੈ ਉਹ ਸੰਘਰਸ਼ ਜਿਹੜਾ ਬਣ ਚੁੱਕਾ ਹੈ। ਇਸ ਕਰਕੇ ਸਾਨੂੰ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣਾ ਚਾਹੀਦਾ ਹੈ, ਵੱਧ ਤੋਂ ਵੱਧ ਸਾਨੂੰ ਇਸ ਸੰਘਰਸ਼ ਦੇ ਵਿੱਚ ਹਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਸਪੋਰਟ ਕਰਨੀ ਚਾਹੀਦੀ ਹੈ, ਤਾਂ ਕਿ ਸਾਡੇ ਜਿਹੜੇ ਭੈਣ ਭਰਾ ਉੱਥੇ ਸੰਘਰਸ਼ 'ਚ ਡਟੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਵਿਦੇਸ਼ਾਂ ਦੇ ਸਿੱਖ ਵੀ ਸਾਡੇ ਨਾਲ ਜਿਹੜੇ ਉਹ ਖੜੇ ਨੇ, ਸਾਡੇ ਭੈਣ ਭਰਾ ਬਾਹਰੋਂ ਸਾਡੇ ਨਾਲ ਖੜੇ ਨੇ, ਸਾਡੀ ਜਿਹੜੀ ਹੈ ਉਹ ਸਪੋਰਟ ਕਰ ਰਹੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਅਖੀਰ ਦੇ ਵਿੱਚ ਗੁਰਦੁਆਰਾ ਪ੍ਰਬੰਧ ਦਾ, ਆਵਾਜ਼ੇ ਕੌਮ ਟੀਵੀ, ਕੇ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਕੇ ਇਹ ਸ਼ਰਧਾਂਜਲੀ ਸਮਾਗਮ ਜਿਹੜਾ ਅੱਜ ਰੱਖਿਆ ਹੈ। ਸੋ ਅਸੀਂ ਜਿੰਨਾ ਆਪਣਾ ਯਤਨ ਕਰ ਸਕਦੇ ਹਾਂ ਉਹ ਕਰਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਯਤਨ ਕਰਾਂਗੇ ਤੇ ਸੈਮੀਨਾਰ ਵੀ ਅਸੀਂ ਕਰਾਂਗੇ ਜਿਵੇਂ ਡਾਕਟਰ ਗੁਰਨਾਮ ਸਿੰਘ ਬੋਲ ਕੇ ਗਏ ਨੇ। ਸੋ ਖੁੱਲ੍ਹਾ ਸਮਾਂ ਇਹਨਾਂ ਨੂੰ ਦੇਵਾਂਗੇ ਵੀ ਜਿਹੜੀਆਂ ਵਿਚਾਰਾਂ ਉਹ ਰੱਖੀਆਂ ਜਾ ਸਕਣ। ਸੋ ਇਹਨਾਂ ਕੁਛ ਕਹਿੰਦਾ ਹੋਇਆ ਜਿਹੜੇ ਇੱਥੇ ਬੈਠੇ ਨੇ ਉਹਨਾਂ ਦਾ ਧੰਨਵਾਦ, ਜਿਹੜੇ ਸੋਸ਼ਲ ਮੀਡੀਆ ਜਾਂ ਮੀਡੀਆ ਟੈਲੀਵਿਜ਼ਨਾਂ ਰਾਹੀਂ ਵੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੀ ਵੀ ਹਾਜ਼ਰੀ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਜਿਹੜੀ ਹੈ ਉਹ ਲੱਗ ਰਹੀ ਹੈ। ਸੋ ਸਰਕਾਰ ਨੂੰ ਇਹ ਬੇਨਤੀ ਹੈ ਵੀ ਭਾਈ ਇਹ ਲੋਕਾਂ ਦਾ ਜਨ ਸਲਾਬ ਹੈ, ਲੋਕਾਂ ਦੀਆਂ ਭਾਵਨਾਵਾਂ, ਲੋਕ ਚਾਹੁੰਦੇ ਨੇ ਸਾਡਾ ਇਹ ਜਿਹੜਾ ਸਰਕਾਰੀ ਕਦਮ ਨਾ ਕਰੋ, ਤੁਸੀਂ ਉੱਥੇ ਕਿਸਾਨਾਂ ਦੇ ਇੰਨਾ ਜਿਹੜਾ ਕੁਛ ਕਰ ਰਹੇ ਹੋ, ਐਡੇ ਐਡੀ ਜਿਹੜੀ ਲੋਕਾਂ ਦੀ ਪ੍ਰਾਪਰਟੀ ਹੁੰਦੀ ਹੈ, ਜਿਹੜੀਆਂ ਸੜਕਾਂ 'ਚ ਤੁਸੀਂ ਟੋਏ ਪੁੱਟ ਦਿੱਤੇ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਹੁਣ ਕੋਰਟ ਦੇ ਰਾਹੀਂ ਵੀ ਇਹ ਰਸਤਾ ਖਾਲੀ ਕਰ ਦਿਓ ਤੇ ਜਾ ਕੇ ਉੱਥੇ ਜੰਤਰ ਮੰਤਰ ਜਾਂ ਰਾਮਲੀਲਾ 'ਚ ਬਹੋ, ਪੰਜਾਬ ਦੇ ਹਰਿਆਣੇ ਦੇ ਕਿਸਾਨ ਜੰਤਰ ਮੰਤਰ ਤੇ ਰਾਮਲੀਲਾ ਮੈਦਾਨ 'ਚ ਬਹਿਣ ਲਈ ਘਰੋਂ ਨਿਕਲੇ ਸਨ। ਉਹਨਾਂ ਕਿਹਾ ਸੀ ਜਿੱਥੇ ਰੋਕੋਗੇ ਉੱਥੇ ਬਹਿ ਜਾਂਗੇ, ਕਿਸਾਨਾਂ ਨੇ ਰਾਹ ਨਹੀਂ ਰੋਕਿਆ। ਮੈਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿਸਾਨਾਂ ਨੇ ਰਾਹ ਨਹੀਂ ਰੋਕਿਆ, ਰਾਹ ਸਰਕਾਰ ਨੇ ਰੋਕ ਕੇ ਕਿਸਾਨਾਂ ਨੂੰ ਉੱਥੇ ਪਾਇਆ। ਹੁਣ ਇਹ ਕੋਰਟ ਦੇ ਰਾਹੀਂ, ਸੁਪਰੀਮ ਕੋਰਟ ਰਾਹੀਂ ਕਿਸਾਨਾਂ ਨੂੰ ਉੱਥੇ ਖਦੇੜ ਕੇ ਤੇ ਇੱਕ ਥਾਂ ਤੇ ਉਹ ਬੰਦੀ ਬਣਾਉਣਾ ਚਾਹੁੰਦੇ ਨੇ। ਇਹ ਤੁਸੀਂ ਕਿਸਾਨਾਂ ਨੂੰ ਸਰਕਾਰ ਨੇ ਭਾਇਆ ਤੇ ਕਿਸਾਨ ਉੱਥੇ ਬੈਠੇ ਨੇ, ਨਹੀਂ ਤੇ ਉਹਨਾਂ ਦੇ ਐਲਾਨ ਕੀਤਾ ਸੀ ਅਸੀਂ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ 'ਚ ਬਵਾਂਗੇ ਜਾਂ ਉਹ ਰਾਜਘਾਟ ਦੇ ਉੱਤੇ ਬਵਾਂਗੇ, ਤੁਸੀਂ ਬਿਠਾ ਲਿਆ। ਇਸ ਕਰਕੇ ਕੋਰਟ ਜਿਹੜੀ ਉਹਦਾ ਫੈਸਲਾ ਸਰਕਾਰ ਦੇ ਹੱਕ 'ਚ ਆਉਣਾ, ਪਰ ਕਿਸਾਨਾਂ ਨੇ ਨਹੀਂ ਉੱਠਣਾ, ਕਿਸਾਨ ਉੱਥੇ ਬਹਿਣਗੇ। ਅਸੀਂ ਇਸੇ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਦਾ, ਜਥੇਬੰਦੀਆਂ ਦਾ ਇਸੇ ਤਰ੍ਹਾਂ ਜਿਹੜਾ ਸਹਿਯੋਗ ਕਰਦੇ ਰਵਾਂਗੇ। ਔਰ ਅਸੀਂ ਵਿਦੇਸ਼ਾਂ ਦੀਆਂ ਜਥੇਬੰਦੀਆਂ ਨੂੰ ਵੀ ਕਹਿੰਦੇ ਹਾਂ ਚਲੋ ਦੇਰ ਆਏ ਦਰੁਸਤ ਆਏ, ਹੁਣ ਕਾਫੀ ਜਿਹੜੀ ਜਾਗ੍ਰਿਤੀ ਇੰਗਲੈਂਡ 'ਚ ਵੀ ਆਈ ਆ, ਪਰ ਸਤੰਬਰ ਤੋਂ ਬਹੁਤ ਘੱਟ ਸੀ ਪਹਿਲਾਂ, ਪਰ ਫਿਰ ਵੀ ਜਿਹੜੇ ਹੁਣ ਨਿਕਲੇ ਆ ਉਹਨਾਂ ਦਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿਲ ਦੀਆਂ ਗਰਾਹੀਆਂ ਤੋਂ ਧੰਨਵਾਦ ਕਰਦੇ ਹਾਂ। ਔਰ ਆਉਣ ਵਾਲੇ ਦਿਨਾਂ 'ਚ ਆਓ ਇਕੱਠੇ ਹੋ ਕੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਮੀਡੀਆ ਇਕੱਠਾ ਹੋਵੇ, ਜਥੇਬੰਦੀਆਂ ਸਾਰੀਆਂ ਧਿਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕੌਂਸਲਾਂ ਇਕੱਠੀਆਂ ਹੋ ਕੇ ਇੱਕ ਇੱਦਾਂ ਦਾ ਪ੍ਰੋਗਰਾਮ ਲਿਖੀਏ ਕਿ ਜਿਹੜਾ ਭਾਰਤ ਸਰਕਾਰ ਨੂੰ ਪਤਾ ਲੱਗ ਜਾਏ ਵੀ ਹੁਣ ਕੱਲਾ ਪੰਜਾਬ ਹਰਿਆਣਾ ਜਾਂ ਭਾਰਤ ਨਹੀਂ, ਪੂਰੀ ਦੁਨੀਆਂ ਦਾ ਸਿੱਖ ਜਾਂ ਇਨਸਾਫ ਪਸੰਦ ਲੋਕ ਪੂਰੀ ਦੁਨੀਆਂ ਦੇ ਇਸ ਕਾਨੂੰਨ ਦੇ ਖਿਲਾਫ਼ ਦੇ ਸੰਘਰਸ਼ 'ਚ ਡਟ ਗਏ ਨੇ। ਇਸ ਕਰਕੇ ਸਾਰੇ ਰਲ ਕੇ ਇੱਕ ਇੱਦਾਂ ਦਾ ਨਾਰਾ ਦਈਏ, ਸਾਰੇ ਰਲ ਕੇ ਇੱਕ ਇੱਦਾਂ ਦਾ ਕਾਫਲਾ ਬਣਾਈਏ, ਸਾਰੇ ਰਲ ਕੇ ਇੱਕ ਇੱਦਾਂ ਦਾ ਮਹਾਤ ਕਾਇਮ ਕਰੀਏ ਜਿਹੜਾ ਸਰਕਾਰਾਂ ਦੇ ਵੀ ਗੋਡੇ ਟਿਕਾ ਕੇ ਰੱਖ ਦੇ। ਅਖੀਰ ਦੇ ਉੱਤੇ ਮੈਂ ਗੁਰਦੁਆਰਾ ਪ੍ਰਬੰਧ ਵੱਲੋਂ ਵੀ ਢਾਡੀ ਸਾਹਿਬ ਨੇ ਧੰਨਵਾਦ ਕਰਨਾ ਸੀ, ਉਹਨਾਂ ਨੇ ਕਿਹਾ ਤੁਸੀਂ ਕਰ ਦਿਓ। ਮੈਂ ਗੁਰੂ ਨਾਨਕ ਗੁਰਦੁਆਰਾ ਬੈਂਸ ਪੀਠ ਦੇ ਸਮੁੱਚੇ ਪ੍ਰਬੰਧ ਵੱਲੋਂ ਆਈਆਂ ਸੰਗਤਾਂ ਦਾ, ਸੋਸ਼ਲ ਮੀਡੀਆ ਤੇ ਦੇਖ ਰਹੀਆਂ ਸੰਗਤਾਂ ਦਾ ਧੰਨਵਾਦ ਕਰਦਾ, ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੀ ਕਰਦਾ, ਔਰ ਕੇ ਟੀਵੀ ਦਾ ਪ੍ਰੈਜੈਂਟਰ ਹੋਣ ਦੇ ਨਾਤੇ ਮੈਂ ਕੇ ਟੀਵੀ ਵੱਲੋਂ ਔਰ ਆਵਾਜ਼ੇ ਕੌਮ ਟੀਵੀ ਵੱਲੋਂ ਵੀ ਸਾਰੀਆਂ ਸੰਗਤਾਂ ਦਾ, ਆਈਆਂ ਦਾ ਜਾਂ ਦੇਖ ਰਹੀਆਂ ਸੰਗਤਾਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਬਜ਼ੁਰਗਾਂ ਮਾਤਾਵਾਂ ਤੇ ਭੈਣ ਭਰਾਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਜਿਹੜੇ ਇਸ ਸਾਂਝੇ ਮਹਾਜ ਤੋਂ, ਇਸ ਕਿਰਸਾਨੀ ਤੋਂ, ਇਸ ਪੰਜਾਬ ਦੇ ਮੁੱਦੇ ਤੋਂ ਆਪਣਾ ਆਪ ਕੁਰਬਾਨ ਕਰਕੇ ਸ਼ਹੀਦੀ ਦੇ ਜਾਮ ਪੀ ਗਏ। ਉਹ ਕਿਸਾਨੀ ਮੁੱਦੇ ਦੇ ਸ਼ਹੀਦ ਅਖਵਾਉਣਗੇ, ਉਹਨਾਂ ਦੀਆਂ ਯਾਦਗਾਰਾਂ ਬਣਨਗੀਆਂ, ਉਹਨਾਂ ਦੀਆਂ ਫੋਟੋਆਂ ਲੱਗਣਗੀਆਂ, ਦੁਨੀਆਂ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰਨਗੀਆਂ। ਸਾਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰਕੇ, ਅੰਤ ਦੇ ਉੱਤੇ ਕੋਈ ਵੱਧ ਘੱਟ ਬੋਲ ਗਿਆ ਹੋਵਾਂ,
ਤੇ ਗੁਰੂ ਘਰ ਦਾ ਨਿਮਾਣਾ ਦਾਸ ਸਮਝ ਕੇ ਮਾਫ ਕਰਨਾ ਜੀ, ਬੇਅੰਤ ਪੁੰਨਾਂ ਦੀ ਖਿਮਾ, ਤੁਹਾਡੇ ਚੱਲੇ ਹੋਏ ਕਦਮ ਸਾਡੇ ਸਿਰ ਮੱਥੇ ਦੇ ਉੱਤੇ, ਤੁਹਾਡੀ ਵੀ ਕੁਰਬਾਨੀ ਆ। ਕੋਵਿਡ ਦੀ ਮਹਾਮਾਰੀ ਦੇ ਵਿੱਚ ਤੁਸੀਂ ਇਹ ਚੱਲ ਕੇ ਆਏ ਹੋ, ਮੌਤ ਦੇ ਮੂੰਹ ਚ ਦੁਨੀਆ ਗਈ ਆ। ਮੇਰਾ ਖਿਆਲ ਇੰਗਲੈਂਡ ਫਿਰ ਨੈਸ਼ਨਲ ਲਾਕਡਾਊਨ ਲਾਉਣ ਨੂੰ ਫਿਰਦਾ, ਡਾਕਟਰ ਸਾਹਿਬ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ। ਸੋ ਮੈਂ ਅਖੀਰ ਦੇ ਸਾਰਿਆਂ ਦਾ ਧੰਨਵਾਦ ਕਰਕੇ ਆਪ ਕੋ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ, ਅਤੇ ਬਾਕੀ ਉਹ ਸਾਰਾ ਕੁਝ ਦੱਸੇ ਗਏ ਨੇ ਕਿ ਜਥੇਬੰਦੀ ਦੇ ਕੰਮਾਂ ਬਾਰੇ ਵੀ ਅਤੇ ਗੱਲਬਾਤ ਵੀ, ਕਿਉਂਕਿ ਇਹ ਹੁੰਦਾ ਕਿ ਜਿਹੜੀ ਚੀਜ਼ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਦੱਸੀਏ, ਕਿੱਦਾਂ ਜਿਹੜਾ ਇਹ ਮੂਵਮੈਂਟ ਆ, ਜਿਹੜਾ ਕਿਸਾਨੀ ਸੰਘਰਸ਼ ਆ, ਇਹਨੂੰ ਅੱਗੇ ਵਧਾਉਣਾ। ਅਤੇ ਕੱਲ੍ਹ ਮੇਰਾ ਖਿਆਲ ਸੋਸ਼ਲ ਮੀਡੀਆ 'ਤੇ ਇਹ ਵੀ ਸੱਦਾ ਆ, ਅਤੇ ਜਿੱਥੇ ਆਮ ਲੋਕਾਂ ਨੇ ਇਹਦੇ ਵਿੱਚ ਆਪਣੀ ਬਹੁਤ ਜਿੱਦਾਂ ਦ੍ਰਿੜਤਾ ਦਿਖਾਈ ਆ, ਆਪਣਾ ਯੋਗਦਾਨ ਪਾਇਆ। ਹੁਣ ਗੱਲ ਆ ਗਈ ਹੈ ਜਿਹੜੇ ਸਾਡੇ ਵਪਾਰੀ ਬਿਜ਼ਨਸਮੈਨ, ਵੱਡੇ ਵੱਡੇ ਕੈਸ਼ ਐਂਡ ਕੈਰੀਆਂ ਵਾਲੇ, ਉਹਨਾਂ ਦੀ ਗੱਲ ਕਿ ਉਹਨਾਂ ਨੇ ਅਡਾਨੀਆਂ ਅਬਾਨੀਆਂ ਦਾ ਮਾਲ ਰੱਖਣਾ ਜਾਂ ਨਹੀਂ ਰੱਖਣਾ। ਸੋ ਉਹਨਾਂ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਕਿ ਇਹਨਾਂ ਨੂੰ ਜਿਹੜੇ ਆਪਣੇ ਸਟੋਰਾਂ 'ਚੋਂ ਸਮਾਨ ਨੂੰ ਬਾਹਰ ਕੱਢ ਦਿਓ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਲਹਿਰ ਚੱਲੂਗੀ, ਦੇਖਾਂਗੇ। ਸੋ ਅੰਤ ਦੇ ਵਿੱਚ ਭਾਈ ਬਾਬਾ ਭਗੀਰ ਸਿੰਘ ਜੀ ਜਥੇਦਾਰ, ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿਖਦੇ ਨੇ ਇੰਗਲੈਂਡ ਦੇ ਅਤੇ ਯੂਰਪ ਦੇ, ਸੋ ਉਹਨਾਂ ਨੂੰ ਬੇਨਤੀ ਕਰਾਂਗਾ 5 ਮਿੰਟ ਵਾਸਤੇ ਉਹ ਸੰਗਤਾਂ ਨੂੰ ਨਿਹਾਲ ਕਰਨ, ਉਸ ਤੋਂ ਬਾਅਦ ਆਪਾਂ ਸਮਾਪਤੀ ਆ। ਸੋ ਇਸੇ ਹੀ ਤਰ੍ਹਾਂ ਜਿਹੜਾ ਪ੍ਰੋਗਰਾਮ ਚੱਲ ਰਿਹਾ, ਆਖਿਰ ਦੇ ਵਿੱਚ ਜਥੇਦਾਰ ਭਗੀਰ ਸਿੰਘ ਜੀ ਉਹਨਾਂ ਦੇ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਪਿਆਰੇ ਖਾਲਸਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਅਤੇ ਸੰਤ ਬਾਬਾ ਆਨੰਦ ਸਿੰਘ ਜੀ ਖਾਲਸਾ ਮੁਖੀ ਟਕਸਾਲ ਉਹਨਾਂ ਵੱਲੋਂ ਅੱਜ ਦੇ ਇਸ ਦਿਹਾੜੇ ਦੇ ਉੱਪਰ ਗੁਰਦੁਆਰਾ ਸਾਹਿਬ ਵਿਖੇ ਕਿਸਾਨੀ ਘੋਲ ਦੇ ਅੰਦਰ, ਕਿਸਾਨੀ ਸੰਘਰਸ਼ ਦੇ ਅੰਦਰ ਜਿਹਨਾਂ ਪ੍ਰਾਣੀਆਂ ਨੇ ਆਪਣੇ ਜੀਵਨ ਇਸ ਸੰਘਰਸ਼ ਦੇ ਲੇਖੇ ਲਾ ਦਿੱਤੇ, ਸਰੀਰ ਛੱਡ ਕੇ ਸੰਸਾਰ ਤੋਂ ਚਲੇ ਗਏ, ਉਹਨਾਂ ਸਮੂਹ ਪ੍ਰਾਣੀਆਂ ਦੀ ਯਾਦ ਦੇ ਵਿੱਚ ਇਸ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸੋ ਦਾਸ ਤੋਂ ਪਹਿਲਾਂ ਬੜੇ ਸਤਿਕਾਰਯੋਗ ਬੁਲਾਰਿਆਂ ਨੇ ਧਾਰਮਿਕ, ਆਰਥਿਕ, ਰਾਜਨੀਤਿਕ ਅਤੇ ਸੋਸ਼ਲ ਰੂਪ ਦੇ ਵਿੱਚ ਕੀ ਹੋ ਰਿਹਾ, ਕੀ ਕਰਨਾ ਚਾਹੀਦਾ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਕੀ ਹੋਵੇ, ਆਪ ਸੰਗਤਾਂ ਨਾਲ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਅਤੇ ਜਥੇਬੰਦੀ ਦੇ ਰੂਪ ਦੇ ਵਿੱਚ ਪਹਿਲੇ ਦਿਨ ਤੋਂ ਅੱਜ ਤੱਕ ਮੌਜੂਦਾ ਸਮੇਂ ਤੱਕ ਕੀ ਕਾਰਜ ਕੀਤੇ ਗਏ ਅਤੇ ਅੱਗੇ ਕੀ ਕਾਰਜ ਹੋਣੇ ਨੇ, ਉਹਨਾਂ ਦੀ ਜਾਣਕਾਰੀ ਭਾਈ ਕਪਤਾਨ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਕੇ ਗਏ ਨੇ। ਸੋ ਮੈਨੂੰ ਖੁਸ਼ੀ ਵੀ ਹੈ ਕਿ ਮੁੱਖ ਬੁਲਾਰਾ ਹੋਣ ਦੇ ਨਾਤੇ ਡਿਊਟੀ ਵੀ ਪੂਰੀ ਨਿਭਾਉਂਦੇ ਨੇ ਕਿ ਸੰਗਤਾਂ ਤੱਕ ਜਿਹੜੀ ਜਾਣਕਾਰੀ ਜਾਣੀ ਚਾਹੀਦੀ ਉਹ ਜਾਣਕਾਰੀ ਦਿੱਤੀ ਗਈ ਹੈ। ਅਤੇ ਥੋੜ੍ਹਾ ਜਿਹਾ ਮੈਂ ਜ਼ਿਕਰ ਜ਼ਰੂਰ ਕਰਦਿਆਂ ਕਿ ਜਥੇਬੰਦੀ ਦੇ ਕਾਰਜਾਂ ਵਾਸਤੇ ਜਾਣਕਾਰੀ ਦੇਣੀ ਜਾਂ ਸੰਗਤਾਂ ਦੇ ਗੋਚਰੇ ਇਹ ਬੇਨਤੀਆਂ ਇਸ ਕਰਕੇ ਰੱਖੀਆਂ ਜਾਂਦੀਆਂ ਤਾਂ ਜੋ ਪਤਾ ਲੱਗ ਸਕੇ ਕਿ ਸਿੱਖ ਚੁੱਪ ਕਰਕੇ ਨਹੀਂ ਬੈਠੇ, ਆਪਣਾ ਕੰਮ ਕਰ ਰਹੇ ਨੇ। ਇਹ ਕੋਈ ਅਪੀਲ ਜਾਂ ਸੰਗਤਾਂ ਤੋਂ ਮਾਇਆ ਗਰਾਉਣ ਵਾਸਤੇ ਬੇਨਤੀ ਨਹੀਂ, ਜਥੇਬੰਦੀ ਕੀ ਕਾਰਜ ਕਰ ਰਹੀ ਹੈ ਉਹ ਕਾਰਜ ਆਪ ਜੀ ਦੇ ਸਨਮੁੱਖ ਭਾਈ ਕਪਤਾਨ ਸਿੰਘ ਜੀ ਨੇ ਰੱਖੇ ਨੇ। ਅਤੇ ਹੁਣ ਤੱਕ ਜਿੰਨੀ ਸੇਵਾ ਹੋਈ ਹੈ ਆਪਣੇ ਨਿੱਜੀ ਰੂਪ ਦੇ ਵਿੱਚ ਪਰਿਵਾਰਾਂ ਨੇ, ਰਿਸ਼ਤੇਦਾਰਾਂ ਨੇ, ਸੱਜਣ ਮਿੱਤਰਾਂ ਨੇ ਅਤੇ ਸੇਵਾਦਾਰਾਂ ਨੇ ਬਗੈਰ ਕਿਸੇ ਅਪੀਲ ਤੋਂ ਜਿਹੜਾ ਅੱਗੇ ਵੱਧ ਕਰਕੇ ਯੋਗਦਾਨ ਪਾ ਕਰਕੇ ਇਹ ਕਾਰਜ ਉਹ ਕੀਤੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਮੈਂ ਹੋਰ ਬਹੁਤਾ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਆਪ ਸੰਗਤਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਨਾ ਚਾਹੁੰਦਾ, ਭਾਈ ਏਕਾ ਅਤੇ ਇਤਫਾਕ ਬਣਾਈ ਰੱਖੀਏ। ਅਤੇ ਸਭ ਤੋਂ ਜ਼ਰੂਰੀ ਕਾਰਜ ਵਿਦੇਸ਼ਾਂ ਦੀਆਂ ਸੰਗਤਾਂ ਦੇ ਚਰਨਾਂ 'ਚ ਮੈਂ KTV ਦੇ ਮਾਧਿਅਮ ਦੇ ਰਾਹੀਂ, ਆਵਾਜ਼ੇ ਕੌਮ TV ਦੇ ਰਾਹੀਂ, ਸੋਸ਼ਲ ਮੀਡੀਆ ਭਾਈ ਕਪਤਾਨ ਸਿੰਘ ਜੀ ਹੁਣੀ ਚਲਾ ਰਹੇ ਨੇ, ਭਾਈ ਕਪਤਾਨ ਸਿੰਘ ਜੀ ਦੇ ਨਾਮ 'ਤੇ ਪੇਜ ਆ, ਬੇਨਤੀ ਕਰਨਾ ਚਾਹੁੰਦਾ ਭਾਈ ਜਿੱਥੇ ਉਸ ਸੰਘਰਸ਼ 'ਚ ਹਿੱਸਾ ਪਾ ਰਹੇ ਹਾਂ, ਪਿੰਡਾਂ ਦੇ ਅੰਦਰ ਆਪਣੀਆਂ ਸੰਗਤਾਂ ਦੀ ਸੇਵਾ ਕਰ ਰਹੇ ਹਾਂ, ਜ਼ਰੂਰ ਧਿਆਨ ਮਾਰੀਏ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਹੋਈਆਂ ਉਹਨਾਂ ਜ਼ਿਮੀਂਦਾਰਾਂ ਨੂੰ, ਉਹਨਾਂ ਭਰਾਵਾਂ ਨੂੰ ਜਿਹੜੇ ਇਸ ਵਕਤ ਘੋਲ ਦੇ ਵਿੱਚ ਸ਼ਾਮਲ ਨੇ, ਜੇ ਸਹਿਯੋਗ ਕਰਨਾ ਚਾਹੁੰਦੇ ਹਾਂ ਅਤੇ ਉਹਦੇ ਉੱਪਰ ਵਿਚਾਰ ਕਰਦਿਆਂ ਜ਼ਰੂਰ ਅਸੀਂ ਕੁਛ ਨਾ ਕੁਛ ਉਹਦੇ ਵਿੱਚ ਰਿਆਇਤ ਜ਼ਰੂਰ ਕਰੀਏ। ਜੇ ਸਰਕਾਰ ਦੀਆਂ ਨੀਤੀਆਂ ਮਾਰੂ ਨੇ, ਸਰਕਾਰ ਫਸਲ ਦਾ ਮੁੱਲ ਨਹੀਂ ਦਿੰਦੀ ਤਾਂ ਮਾਫ਼ ਕਰਿਓ ਗੁਰੂ ਪਿਆਰਿਓ, ਅਸੀਂ ਵੀ ਹਰ ਸਾਲ ਠੇਕਾ ਤਾਂ ਨੂੰ ਲੈ ਕੇ ਜਾਂਦੇ, ਥੱਲੇ ਨਹੀਂ ਲੈ ਕੇ ਆਉਂਦੇ। ਸਰਕਾਰ ਨੂੰ ਭਾਵੇਂ ਜ਼ਰੂਰ ਅਸੀਂ ਨਿੰਦਦੇ ਹਾਂ ਅਤੇ ਮਾਫ਼ ਕਰਿਓ ਪਹਿਲਾਂ ਫੋਨ ਕਰਕੇ ਪੁੱਛ ਲਈਦਾ ਵੀ ਕਾਪੀ 'ਤੇ ਜਮ੍ਹਾਂ ਕਰਾ ਦਿੱਤਾ ਕਿ ਨਹੀਂ, ਇਹਨਾਂ ਗੱਲਾਂ ਦੇ ਉੱਪਰ ਜ਼ਰੂਰ ਵਿਚਾਰ ਕਰੀਏ। ਉਹਨਾਂ ਕਿਸਾਨਾਂ ਦੀ ਬਾਂਹ ਅਸੀਂ ਆਪ ਫੜੀਏ, ਭਾਵੇਂ ਥੋੜ੍ਹੇ ਪੈਸੇ ਘੱਟ ਕਮਾ ਲਈਏ ਪਰ ਉਹਨਾਂ ਦੇ ਉੱਪਰ ਇੰਨਾ ਪ੍ਰੈਸ਼ਰ ਨਾ ਹੋਵੇ ਕਿ ਖਰਚਾ ਵੱਧਦਾ ਜਾਵੇ ਅਤੇ ਆਮਦਨ ਘੱਟਦੀ ਜਾਵੇ।
सरकार दीयां नीतियां ते है ही नहीं, पर जिन्ना असी कर सकते हैं उहदे उपर जरूर योगदान पाइए। सो आखिर दे विच फिर मैं गुरद्वारा साहब की प्रबंधक कमेटी का, भाई कप्तान सिंह जी का, भाई रघुवीर सिंह जी हुणां दा, जिन्हें भी सज्जन मेरे तो पहला बोल के गए, मैं सब का नाँ नहीं लैना चाहता, समुचे रूप के धन्यवाद करना चाहता। सो सिंह साहब भाई जसवीर सिंह जी खालसा उन्हां वल्लों, संत बाबा हरनाम सिंह जी मुखी दमदमी टकसाल जो धार्मिक रूप के अगवाई कर रहे हैं, उन्होंने वालों भी सेवादार मोर्चा के शामिल ने, आने वाले दिनों के भी संगत पहुँच रही, दास की गल ज्ञानी साहब सिंह जी उन्होंने हुई सी। सो समुचे रूप के भाई जिन्ना योगदान पा सकते हैं पाइए, तो इस घोल को सफल बनाइए। एक आखिरी बेनती रखते हैं कि कोई समा असं इतिहास पढ़ते हैं सुनाने दास की सेवा लगी हुई धार्मिक रूप के कि कलगीधर पिता महाराज को दिल्ली के तख्त ने घेरा पाया, तो अज वो इतिहास संगत जी पलटता मैं अखी वेख रहा कि गुरु के जाया ने अज दिल्ली घेरी हुई। अज के ही दिन सन जदों सतगुरु महाराज को फौजा ने घेरा पाया सी, सतगुरु ने लुकाई के भले वास्ते किला छड़ दिता, सरबंस मार दिता, तो अज गुरु का खालसा गुरु के पुत्र दिल्ली को घेरा पाई बैठे ने, वह भी संसार की लुकाई के भलाई वास्ते। सतगुरु फतेह बख्शे, कृपा करे हुई बेंत गलतियां भुलों की खिमा जी, बुलाओ फतेह, वाहेगुरु जी का खालसा वाहेगुरु जी की फतेह। दर्शक ये जो अज का पूरा प्रोग्राम हमने जसदार बाबा बघेल सिंह जी जे बहुत थोड़े समय के सीमित समय के बहुत वधिया गल्लां करके गए हैं, सारे ही बुलाए जिन्हें डॉक्टर गुरनाम सिंह जी, डॉक्टर सुखजिंदर सिंह जी, बिक्रमजीत सिंह जी, भाई कप्तान सिंह जी, जिन्हें भी इतने पहुंचे सारियां दा दोबारा एक बार इंटरनेशनल पंथक दल वालों, गुरद्वारा गुरु नानक गुरद्वारा बेंसफील्ड के प्रबंधकों वालों, तो होर जिन्हों जिन्ह का सहयोग उन्होंने वालों सारे वालों बहुत बहुत धन्यवाद किया जाता। जिमें कवर अप कर रहे हैं के टी वी वाले, उन्होंने तो बाकी सारे मीडिया का भी बहुत बहुत धन्यवाद। आए जोड़े वीर जिन्होंने मतलब आप दसी चुके हैं उन्होंने धन्यवाद, ग्रंथी सिंह का खास तौर पर सुखनी साहब जी का पाठ किया, प्रसाद प्रसाद की सेवा कर रहे हैं, चौल साहब की सेवा कर रहे हैं, सारे सिंह का बहुत बहुत धन्यवाद। स्टेज की सेवा निभा बहुत गलतियां हुई हो, हो सकता किसी समा ना भी दिता गया हो, तो खिमा का जाचका इतने ही प्रोग्राम की समाप्ति है हम देख वरतेगी। तो सारे तो खिमा के जाचक, वाहेगुरू जी का खालसा वाहेगुरू जी की फतेह जी।